ਪੰਜਾਬ ਦੇ ਲੋਕ ਸਭਾ 13 ਹਲਕਿਆਂ ਦੇ ਵਿੱਚ ਉਮੀਦਵਾਰ ਕੌਣ ਕੌਣ ਹੁਣ ਤੱਕ ਐਲਾਨੇ ਗਏ ਨੇ ਅਤੇ ਉਹਨਾਂ ਵਿੱਚੋਂ ਐਲਾਨੇ ਗਏ ਉਮੀਦਵਾਰਾਂ 'ਚੋਂ 10 ਮੌਜੂਦਾ ਵਿਧਾਇਕ ਚੋਣ ਲੜ ਰਹੇ ਨੇ। ਹਾਲੇ ਤੱਕ ਬਾਕੀ ਥਾਵਾਂ ਦੇ ਉੱਤੇ ਕੁਝ ਥਾਵਾਂ 'ਤੇ ਭਾਜਪਾ ਨੇ ਅਤੇ ਕੁਝ ਥਾਵਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦਾ ਐਲਾਨ ਕਰਨਾ ਤਾਂ ਹੋ ਸਕਦਾ ਹੈ ਕੁਝ ਇੱਕ ਦੁੱਕਾ ਵਿਧਾਇਕ ਹੋਰ ਵੀ ਆ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਨਿਤਰੇ ਆਉਣ। 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਜਦੋਂ ਮੌਜੂਦਾ ਚੁਣੇ ਹੋਏ 10 ਵਿਧਾਇਕ ਚੋਣ ਲੜ ਰਹੇ ਹੋਣ ਤਾਂ ਗੱਲ ਛੋਟੀ ਨਹੀਂ, ਕਿਉਂਕਿ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਸਾਰ ਇਹ ਵੀ ਨੇ ਕਿ ਜੇਕਰ ਇਹ ਐਲਾਨੇ ਗਏ ਉਮੀਦਵਾਰ ਜਿੱਤ ਜਾਂਦੇ ਨੇ ਤਾਂ ਤਕਰੀਬਨ ਅੱਧੀ ਦਰਜਨ ਜ਼ਿਮਣੀ ਚੋਣਾਂ ਵਿਧਾਨ ਸਭਾ ਦੀਆਂ ਹੋਣੀਆਂ ਵੀ ਫਿਰ ਤੈਅ ਨੇ। ਅਤੇ ਉਹ ਕਿਹੜੇ ਕਿਹੜੇ ਹਲਕਿਆਂ ਤੋਂ ਕਿੰਨੇ ਕਿੰਨੇ ਉਮੀਦਵਾਰ ਜਿਹੜੇ ਐਲਾਨੇ ਗਏ ਉਹਨਾਂ ਵਿੱਚੋਂ ਸਭ ਤੋਂ ਵੱਧ ਜੇਕਰ ਮੌਜੂਦਾ ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਤਾਂ ਉਹ ਸੱਤਾ ਧਿਰ ਆਮ ਆਦਮੀ ਪਾਰਟੀ ਹੀ ਹੈ, ਕਿਉਂਕਿ ਆਮ ਆਦਮੀ ਪਾਰਟੀ ਨੇ 9 ਮੌਜੂਦਾ ਵਿਧਾਇਕਾਂ ਨੂੰ ਇਸ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ। ਹਾਲਾਂਕਿ ਜਾਣਾ ਪਾਰਲੀਮੈਂਟ ਹੈ ਪਰ ਪਹਿਲਾਂ ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ, ਉਹਨਾਂ ਵਿੱਚੋਂ 9 ਦੇ ਵਿੱਚੋਂ ਤਕਰੀਬਨ ਬਹੁਤੇ ਉਹ ਨੇ 7-8 ਜਿਹੜੇ ਪਹਿਲੀ ਵਾਰੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ। ਹਾਲੇ ਵਿਧਾਨ ਸਭਾ ਦਾ ਕਾਰਜਕਾਲ ਉਹਨਾਂ ਦਾ 5 ਸਾਲ ਪੂਰਾ ਨਹੀਂ ਹੋਇਆ ਅਤੇ ਹੁਣ ਲੋਕ ਸਭਾ ਦੇ ਲਈ ਉਹਨਾਂ ਨੂੰ ਅਜਮਾ ਕੇ ਦੇਖਿਆ ਜਾਣ ਲੱਗਾ ਉਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਨੇ ਜਿਹੜੀ ਪਹਿਲੀ ਵਾਰੀ ਵਿਧਾਨ ਸਭਾ ਗਏ ਔਰ ਹੁਣ ਲੋਕ ਸਭਾ ਜਿਹੜੇ ਬੀਤੇ 24-25 ਮਹੀਨਿਆਂ ਨੇ ਉਹਨਾਂ ਨੇ ਸਰਕਾਰ ਚਲਾਈ ਹੈ, ਮੰਤਰੀ ਮੰਡਲ ਦਾ ਵੀ ਹੁਣ ਤੱਕ ਹਿੱਸਾ ਬਣੇ ਨੇ ਔਰ ਉਹਨਾਂ ਵਿੱਚੋਂ 5-6 ਤਾਂ ਮੰਤਰੀ ਨੇ, ਬਾਕੀ ਮੌਜੂਦਾ ਵਿਧਾਇਕ ਨੇ। ਇੱਕ ਇੱਕ ਕਰਕੇ ਹਲਕਿਆਂ ਦਾ ਹਾਲ ਦੱਸਾਂਗੇ ਔਰ ਦੂਸਰੇ ਨੰਬਰ ਦੇ ਉੱਤੇ ਕਾਂਗਰਸ ਪਾਰਟੀ ਹੈ ਇਸ ਮਾਮਲੇ ਦੇ ਵਿੱਚ, ਜਿਨ੍ਹਾਂ ਨੇ ਮੌਜੂਦਾ ਇੱਕ ਵਿਧਾਇਕ ਜਿਹੜੇ ਉਹਨਾਂ ਦੇ ਧੜੱਲੇਦਾਰ ਵਿਧਾਇਕ ਮੰਨੇ ਜਾਂਦੇ ਨੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਸਮਝਦੀ, ਉਹ ਸੁਖਪਾਲ ਸਿੰਘ ਖਹਿਰਾ ਨੇ। ਅਤੇ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਸੰਗਰੂਰ ਲੋਕ ਸਭਾ ਹਲਕਾ ਦੀ ਜਿਹੜੀ ਸੀਟ ਹੈ ਉੱਥੋਂ ਸੁਖਪਾਲ ਖਹਿਰਾ ਨੂੰ ਟਿਕਟ ਮਿਲੀ ਹੈ। ਹਾਲਾਂਕਿ ਚਰਚਾਵਾਂ ਇਹ ਨੇ ਕਿ ਕਿਹੜੀ ਸੀਟ ਦੇ ਉੱਤੇ ਜੋੜ ਤੋੜ ਲਾਏ ਗਏ, ਕਿਹੜੀ ਪਾਰਟੀ ਨੇ ਆਪਸ ਵਿੱਚ ਗੱਲਬਾਤ ਕਰਕੇ ਇੱਕ ਅੰਡਰਸਟੈਂਡਿੰਗ ਦੇ ਨਾਲ ਉਮੀਦਵਾਰ ਦਿੱਤੇ ਨੇ, ਇੱਕ ਵੱਖਰੀਆਂ ਚਰਚਾਵਾਂ ਨੇ। ਪਰ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਮੌਜੂਦਾ ਵਿਧਾਇਕਾਂ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ। ਹਾਲਾਂਕਿ ਸਾਰੇ ਜਾਣਦੇ ਨੇ ਪਰ ਇੱਕ ਇੱਕ ਕਰਕੇ ਕਿ ਕਿਹੜਾ ਕਿੱਥੋਂ ਚੁਣਿਆ ਗਿਆ ਵਿਧਾਇਕ ਸੀ ਪਰ ਹੁਣ ਉਹਨਾਂ ਨੂੰ ਲੋਕ ਸਭਾ ਦੇ ਲਈ ਉਮੀਦਵਾਰ ਐਲਾਨ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕਾਂਗਰਸ ਦੇ ਇੱਕ ਵਿਧਾਇਕ ਹੋ ਗਏ ਜਿਹੜੇ ਕਿ ਹਲਕਾ ਭੁਲੱਥ ਤੋਂ ਪੈਂਦੇ ਨੇ, ਸੁਖਪਾਲ ਸਿੰਘ ਖਹਿਰਾ। ਉਹਨਾਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਖੁਦ, ਮੁੱਖ ਮੰਤਰੀ ਭਗਵੰਤ ਮਾਨ ਖੁਦ ਜਿਵੇਂ ਉਹਨਾਂ ਨੂੰ ਟਾਰਗੇਟ ਉੱਤੇ ਲੈ ਰਹੇ ਸੀ, ਉਹਨਾਂ ਨੇ ਖੁਦ ਹੀ ਉਹਨਾਂ ਨੂੰ ਉੱਥੇ ਆਉਣ ਲਈ ਮਜਬੂਰ ਕੀਤਾ ਔਰ ਉਹਨਾਂ ਦੀ ਪਾਰਟੀ ਨੇ ਫੈਸਲਾ ਕੀਤਾ ਅਤੇ ਉੱਥੇ ਜਾਣਗੇ। ਹਾਲਾਂਕਿ ਵੱਖਰੀ ਗੱਲ ਹੈ ਕਿ ਦਲਵੀਰ ਸਿੰਘ ਗੋਲਡੀ ਨੇ ਅੱਜ ਹੀ ਲਾਈਵ ਹੋ ਕੇ ਗਿਲੇ ਸ਼ਿਕਵੇ ਆ ਜਿਹੜੇ ਸਾਂਝੇ ਕਰ ਦਿੱਤੇ ਕਿ ਮੇਰੀ ਟਿਕਟ ਕਿਵੇਂ ਕਿਵੇਂ ਅਤੇ ਕਦੋਂ ਕਦੋਂ ਕੱਟੀ ਗਈ ਅਤੇ ਜਿਨ੍ਹਾਂ ਦੀ ਟਿਕਟ ਮੇਰੀ ਟਿਕਟ ਕੱਟ ਕੇ ਜਿਨ੍ਹਾਂ ਨੂੰ ਦਿੱਤੀ ਗਈ ਉਹ ਅੱਜ ਪਾਰਟੀ ਨਾਲ ਕਿੱਥੇ ਖੜੇ ਨੇ। ਸਾਰੀਆਂ ਗੱਲਾਂ ਕੀਤੀਆਂ ਗਈਆਂ। ਹਾਲਾਂਕਿ ਇਸ ਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਮੈਂ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਪ੍ਰਚਾਰ ਵੀ ਕਰਾਂਗਾ ਅਤੇ ਉਹਨਾਂ ਦਾ ਸਵਾਗਤ ਵੀ ਕਰਾਂਗਾ। ਦੋਨੇ ਗੱਲਾਂ ਉਹਨਾਂ ਨੇ ਸਾਹਮਣੇ ਰੱਖ ਦਿੱਤੀਆਂ ਨੇ। ਹੁਣ ਗੱਲ ਕਰਦੇ ਹਾਂ ਸੱਤਾ ਧਿਰ, ਜਿਨ੍ਹਾਂ ਨੂੰ 92 ਵਿਧਾਇਕਾਂ ਦਾ ਵੱਡਾ ਬਹੁਮਤ ਮਿਲਿਆ। ਉਹਨਾਂ ਦੇ ਵਿੱਚੋਂ ਜਿਹੜੇ ਨੇ 8 ਤਾਂ ਨਰੋਲ ਆਮ ਆਦਮੀ ਪਾਰਟੀ ਦੇ ਵਿਧਾਇਕ ਚੋਣ ਮੈਦਾਨ ਵਿੱਚ ਨਿਤਰੇ ਨੇ ਅਤੇ ਇੱਕ ਕਾਂਗਰਸ ਦੇ ਹੀ ਵਿਧਾਇਕ ਸੀ ਡਾਕਟਰ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ, ਤਾਂ ਉਹਨਾਂ ਨੂੰ ਹੁਸ਼ਿਆਰਪੁਰ ਦੇ ਲੋਕ ਸਭਾ ਹਲਕੇ ਦੇ ਲਈ ਕਾਂਗਰਸ ਤੋਂ ਪੱਟ ਕੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾ ਦਿੱਤਾ। ਹਾਲਾਂਕਿ ਇੱਕ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਜਿਹੜੇ ਰਿੰਕੂ ਸੀ ਉਹ ਵੀ ਪਹਿਲਾਂ ਕਾਂਗਰਸ ਤੋਂ ਹੀ ਲੈ ਗਏ ਸੀ, ਉਹਨਾਂ ਨੂੰ ਉਮੀਦਵਾਰ ਤੱਕ ਐਲਾਨ ਦਿੱਤਾ ਗਿਆ ਸੀ ਪਰ ਉਹ ਵੀ ਭੱਜ ਗਏ। ਉਹਨਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਔਰ ਕਿਹਾ ਕਿ ਮੇਰੀ ਪਿੱਠ ਨਹੀਂ ਥਾਪੜੀ ਗਈ। ਉਹ ਵੱਖਰੇ ਕਾਰਨ ਨੇ ਕਿਉਂ ਗਏ ਕਿਵੇਂ ਗਏ, ਪਰ ਉਹਨਾਂ ਦੀ ਜਗ੍ਹਾ ਉੱਤੇ ਜਿਨ੍ਹਾਂ ਨੂੰ ਲਿਆਂਦਾ ਗਿਆ ਉਹ ਵੀ ਸਾਬਕਾ ਵਿਧਾਇਕ ਨੇ ਪਵਨ ਕੁਮਾਰ ਟੀਨੂ, ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ
ਆਮ ਆਦਮੀ ਪਾਰਟੀ ਦੇ ਹੁਣ ਜਲੰਧਰ ਤੋਂ ਉਮੀਦਵਾਰ ਬਣ ਗਏ। ਪਹਿਲਾਂ ਉਹਨਾਂ ਦਾ ਨਾਤਾ ਸਿੱਧਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਿਹਾ, ਉਹਨਾਂ ਵੱਲੋਂ ਟਿਕਟ ਮਿਲਦੀ ਨਜ਼ਰ ਨਹੀਂ ਆਉਂਦੀ ਸੀ ਤਾਂ ਉਹਨਾਂ ਨੂੰ ਲੱਗਿਆ ਕਿ ਹੁਣ ਆਮ ਆਦਮੀ ਪਾਰਟੀ ਵੱਲ ਹੋ ਜਾਣਾ ਚਾਹੀਦਾ। ਹੁਣ ਇੱਕ ਇੱਕ ਕਰਕੇ 13 ਲੋਕ ਸਭਾ ਹਲਕੇ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਵਿੱਚੋਂ 9 ਵਿਧਾਇਕ ਮੌਜੂਦਾ ਨੇ ਜਿਹਨਾਂ ਨੂੰ ਚੋਣ ਲੜਾ ਰਹੀ ਹੈ। ਉਸ ਦੇ ਵਿੱਚ ਇੱਕ ਵੱਖਰੀ ਗੱਲ ਹੈ ਕਿ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਆਪਣਾ ਅਸਤੀਫਾ ਪਹਿਲਾਂ ਹੀ ਭੇਜ ਦਿੱਤਾ, ਜਿਹੜਾ ਕਿ ਹਾਲੇ ਤੱਕ ਮਨਜ਼ੂਰ ਨਹੀਂ ਹੋਇਆ। ਇਸੇ ਕਰਕੇ ਉਹਨਾਂ ਨੂੰ ਅੱਜ ਦੀ ਘੜੀ ਵਿੱਚ ਮੌਜੂਦਾ ਵਿਧਾਇਕ ਹੀ ਕਿਹਾ ਜਾਵੇਗਾ। ਬੇਸ਼ੱਕ ਉਹਨਾਂ ਨੇ ਆਪਣੀ ਪਾਰਟੀ ਜਿਹੜੀ ਪਹਿਲਾਂ ਵਾਲੀ ਛੱਡ ਦਿੱਤੀ ਹੈ ਅਤੇ ਆਮ ਆਦਮੀ ਪਾਰਟੀ ਦਾ ਝਾੜੂ ਹੱਥ 'ਚ ਫੜ ਲਿਆ। ਹੁਣ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸੰਗਰੂਰ ਹਲਕੇ ਦੀ, ਜਿੱਥੇ ਮੌਜੂਦਾ ਵਿਧਾਇਕ 2 ਚੋਣ ਲੜ ਰਹੇ ਨੇ। ਉਹਨਾਂ ਵਿੱਚ ਇੱਕ ਪਾਸੇ ਹੋ ਗਏ ਸੁਖਪਾਲ ਸਿੰਘ ਖਹਿਰਾ ਅਤੇ ਦੂਜੇ ਪਾਸੇ ਮੰਤਰੀ ਮੰਡਲ ਦਾ ਵੀ ਹਿੱਸਾ ਨੇ ਆਮ ਆਦਮੀ ਪਾਰਟੀ ਦੇ, ਉਹ ਮੀਤ ਹੇਅਰ, ਗੁਰਮੀਤ ਸਿੰਘ ਮੀਤ ਹੇਅਰ ਜਿਹੜੇ ਬਰਨਾਲਾ ਹਲਕੇ ਤੋਂ ਮੌਜੂਦਾ ਵਿਧਾਇਕ ਨੇ, ਉਹਨਾਂ ਨੂੰ ਹੁਣ ਸੰਗਰੂਰ ਲੋਕ ਸਭਾ ਹਲਕੇ ਲਈ ਚੋਣ ਲੜਾਈ ਗਈ ਹੈ। ਫਿਰ ਦੂਜੇ ਨੰਬਰ ਦੇ ਉੱਤੇ ਨਾਮ ਆਉਂਦਾ ਹੈ ਪਟਿਆਲੇ ਤੋਂ, ਜਿਹੜੇ ਕਿ ਡਾਕਟਰ ਬਲਬੀਰ ਸਿੰਘ ਨੇ, ਪਟਿਆਲਾ ਦਿਹਾਤੀ ਤੋਂ MLA ਨੇ, ਮੌਜੂਦਾ ਵਿਧਾਇਕ ਮੰਤਰੀ ਮੰਡਲ ਦਾ ਹਿੱਸਾ ਨੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਪਟਿਆਲੇ ਤੋਂ ਉਮੀਦਵਾਰ ਬਣਾ ਦਿੱਤਾ। ਫਿਰ ਗੱਲ ਕਰੀਏ ਖਡੂਰ ਸਾਹਿਬ ਹਲਕੇ ਦੀ, ਤਾਂ ਉੱਥੇ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਪੱਟੀ ਤੋਂ ਮੌਜੂਦਾ ਵਿਧਾਇਕ ਨੇ, ਅਤੇ ਉਹਨਾਂ ਨੂੰ ਹੁਣ ਖਡੂਰ ਸਾਹਿਬ ਹਲਕੇ ਤੋਂ ਆ ਜਿਹੜਾ ਉਹ ਉਮੀਦਵਾਰ ਬਣਾ ਕੇ ਤੋਰ ਦਿੱਤਾ ਗਿਆ। ਫਿਰ ਇਸੇ ਤਰ੍ਹਾਂ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕਿ ਹਲਕਾ ਅਜਨਾਲਾ ਤੋਂ ਮੌਜੂਦਾ ਵਿਧਾਇਕ ਨੇ, ਅਤੇ ਉਹਨਾਂ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ ਗਿਆ। ਤਾਂ ਫਿਰ ਮੰਤਰੀ ਦਾ ਨਾਮ ਆਉਂਦਾ ਹੈ ਗੁਰਮੀਤ ਸਿੰਘ ਖੁੱਡੀਆਂ, ਬਠਿੰਡਾ ਲੋਕ ਸਭਾ ਹਲਕਾ, ਹਲਕਾ ਲੰਬੀ ਤੋਂ ਮੌਜੂਦਾ ਵਿਧਾਇਕ ਨੇ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪੰਜਾਬ, 5 ਵਾਰੀ ਮੁੱਖ ਮੰਤਰੀ ਰਹੇ, ਉਹਨਾਂ ਨੂੰ ਹਰਾਉਣ ਵਾਲੇ ਵੱਡੇ ਸਿਆਸਤਦਾਨ ਬਣ ਗਏ ਗੁਰਮੀਤ ਸਿੰਘ ਖੁੱਡੀਆਂ, ਅਤੇ ਉਹਨਾਂ ਨੂੰ ਫਿਰ ਲੋਕ ਸਭਾ ਹਲਕੇ ਲਈ ਸੀਟ ਦੇ ਦਿੱਤੀ ਗਈ ਹੈ। ਫਿਰ ਗੱਲ ਕਰਦੇ ਹਾਂ ਇਸੇ ਤਰ੍ਹਾਂ ਮੌਜੂਦਾ ਵਿਧਾਇਕਾਂ ਦੇ ਵਿੱਚੋਂ ਰਾਜ ਕੁਮਾਰ ਚੱਬੇਵਾਲ ਜਿਹੜੇ ਕਿ ਹੁਸ਼ਿਆਰਪੁਰ ਤੋਂ ਵਿਧਾਇਕ ਨੇ, ਚੱਬੇਵਾਲ ਹਲਕੇ ਤੋਂ ਵਿਧਾਇਕ ਨੇ, ਅਤੇ ਉਹਨਾਂ ਨੂੰ ਜਿਹੜੀ ਕੀ ਹੈ ਟਿਕਟ ਦਿੱਤੀ ਗਈ ਹੈ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ। ਚੱਬੇਵਾਲ ਹਲਕੇ ਤੋਂ ਨੁਮਾਇੰਦਗੀ ਕਾਂਗਰਸ ਵੱਲੋਂ ਕਰਦੇ ਸਨ, ਪਰ ਹੁਣ ਉਹ ਆਮ ਆਦਮੀ ਪਾਰਟੀ ਦੇ ਮੌਜੂਦਾ ਉਮੀਦਵਾਰ ਵੀ ਨੇ ਅਤੇ ਮੌਜੂਦਾ ਵਿਧਾਇਕ ਵੀ ਨੇ। ਅਤੇ ਹੁਣ ਜਿੱਥੇ ਤੱਕ ਇਸ ਤੋਂ ਅਗਲੀ ਗੱਲ ਕਰੀਏ ਤਾਂ ਵਿਧਾਇਕ ਮੌਜੂਦਾ ਇੱਕ ਹੋਰ ਨੇ ਜਿਹੜਾ ਕਿ ਲੁਧਿਆਣਾ ਸੈਂਟਰਲ ਹਲਕਾ ਪੈਂਦਾ ਹੈ, ਅਸ਼ੋਕ ਪਰਾਸ਼ਰ ਪੱਪੀ, ਜਿਹੜੇ ਕਿ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਹ ਵੀ ਜਿਹੜੀ ਹੈ ਉਮੀਦਵਾਰੀ ਲੜ ਰਹੇ ਨੇ। ਫਿਰ ਗੱਲ ਆਉਂਦੀ ਹੈ ਫਿਰੋਜ਼ਪੁਰ ਲੋਕ ਸਭਾ ਹਲਕੇ ਦੀ, ਤਾਂ ਜਗਦੀਪ ਸਿੰਘ ਕਾਕਾ ਬਰਾੜ ਮੁਕਤਸਰ ਤੋਂ ਜਿਹੜੇ ਮੌਜੂਦਾ ਵਿਧਾਇਕ ਨੇ, ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ, ਤਾਂ ਉਹ ਵੀ ਮੌਜੂਦਾ ਹੋ ਗਏ। ਫਿਰ ਗੱਲ ਕਰੀਏ ਬਟਾਲਾ ਹਲਕੇ ਤੋਂ ਮੌਜੂਦਾ ਵਿਧਾਇਕ ਅਮਨ ਸ਼ੇਰ ਸਿੰਘ, ਜਿਹਨਾਂ ਨੂੰ ਸ਼ਹਿਰੀ ਕਲਸੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਹ ਵੀ ਮੌਜੂਦਾ ਵਿਧਾਇਕ ਗੁਰਦਾਸਪੁਰ ਹਲਕੇ ਤੋਂ ਉਹਨਾਂ ਨੂੰ ਚੋਣ ਲੜਾ ਦਿੱਤੀ ਗਈ ਹੈ। ਇਸ ਤਰੀਕੇ ਦੇ ਨਾਲ 13 ਲੋਕ ਸਭਾ ਹਲਕਿਆਂ ਦੇ ਵਿੱਚੋਂ 9 ਤਾਂ ਹੋ ਗਏ ਮੌਜੂਦਾ ਵਿਧਾਇਕ, ਜਿਹਨਾਂ ਵਿੱਚੋਂ 4-5 ਮੰਤਰੀ ਆਮ ਆਦਮੀ ਪਾਰਟੀ ਦੇ, ਉਹ ਚੋਣ ਲੜ ਰਹੇ ਨੇ। ਫਿਰ ਗੱਲ ਕਰੀਏ ਇੱਕ ਨਰੋਲ, ਜਿਹਨਾਂ ਦਾ ਨਾਂ ਤਾਂ ਕੋਈ ਸਾਬਕਾ ਵਿਧਾਇਕ ਨੇ, ਨਾ ਸਾਬਕਾ MP ਨੇ, ਨਾ ਮੌਜੂਦਾ ਵਿਧਾਇਕ ਨੇ, ਨਾ ਮੌਜੂਦਾ MP ਨੇ, ਉਹ ਕਰਮਜੀਤ ਅਨਮੋਲ, ਉਹ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਇਕਲੌਤੇ ਅਜਿਹੇ ਉਮੀਦਵਾਰ ਨੇ ਜਿਹਨਾਂ ਦਾ ਪਿਛੋਕੜ ਪਹਿਲਾਂ ਸਿਆਸਤ ਨਾਲ ਨਹੀਂ ਰਿਹਾ, ਪਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਯਾਰੀ ਪੁਰਾਣੀ ਹੈ, ਤਾਂ ਉਹਨਾਂ ਨੂੰ ਜਿਹੜੀ ਆ ਫਰੀਦਕੋਟ ਤੋਂ ਲੋਕ ਸਭਾ ਹਲਕੇ ਦੀ ਉਮੀਦਵਾਰੀ ਦਿੱਤੀ ਗਈ ਹੈ। ਔਰ ਦੂਜੇ 9 ਦੇ ਵਿੱਚ 13 ਦੇ ਵਿੱਚੋਂ ਇੱਕ ਇਹ ਗਏ ਬਾਹਰ, ਬਾਕੀ ਰਹਿ ਗਏ 12। 12 ਦੇ ਵਿੱਚੋਂ 9 ਮੌਜੂਦਾ ਵਿਧਾਇਕ ਹੋ ਗਏ, ਤਾਂ ਬਾਕੀ ਰਹਿ ਗਏ ਕਿੰਨੀਆਂ ਸੀਟਾਂ? 2, ਉਹ ਵੀ ਸਾਬਕਾ ਵਿਧਾਇਕ ਨੇ, ਇੱਕ ਗੁਰਪ੍ਰੀਤ ਸਿੰਘ GP ਫਤਿਹਗੜ੍ਹ ਸਾਹਿਬ ਹਲਕੇ ਤੋਂ, ਅਤੇ ਜਲੰਧਰ ਤੋਂ ਪਵਨ ਕੁਮਾਰ ਟੀਨੂ। ਇਸ ਤਰੀਕੇ ਦੇ ਨਾਲ 13 ਉਮੀਦਵਾਰ ਆਮ ਆਦਮੀ ਪਾਰਟੀ ਦੇ ਪੂਰੇ ਹੋ ਗਏ, ਅਤੇ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਕਿ ਵੱਡੇ ਮੰਤਰੀ ਮੰਡਲ ਦੇ ਚਿਹਰੇ ਆ ਜਿਹੜੇ ਉਹ ਐਲਾਨੇ ਗਏ ਸੱਤਾ ਧਿਰ ਦੇ ਵੱਲੋਂ। ਹਾਲਾਂਕਿ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਰਿਹਾ, ਜਿਹੜੀਆਂ ਸੱਤਾ ਧਿਰ ਵਿੱਚ ਹੁੰਦੀਆਂ ਸੀ ਉਹਨਾਂ ਆਪਣੇ ਆਪਣੇ ਜਿਹੜੇ ਵਿਧਾਇਕਾਂ ਨੂੰ ਜਾਂ ਮੰਤਰੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੰਦੇ ਹੁੰਦੇ ਸੀ, ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਪਹਿਲੀ ਵਾਰੀ ਹੋਇਆ
ਪਿਛਲੇ ਕਾਫੀ ਲੰਮੇ ਇਤਿਹਾਸ ਦੇ ਜਿਹੜੇ ਵਰਕੇ ਫਰੋਲੀਏ ਕਿ ਮੌਜੂਦਾ ਵਿਧਾਇਕਾਂ ਨੂੰ ਇੰਨੀ ਵੱਡੀ ਗਿਣਤੀ ਦੇ ਵਿੱਚ, ਉਹ ਵੀ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਮੰਤਰੀ ਮੰਡਲ ਹੋਵੇ, ਮੰਤਰੀਆਂ ਦੀ ਹੋਵੇ, ਉਹਨਾਂ ਨੂੰ ਐਲਾਨ ਦਿੱਤਾ ਗਿਆ। ਤੇ ਤਕਰੀਬਨ ਜੇਕਰ ਇਹਨਾਂ ਵਿੱਚੋਂ ਜਿੱਤ ਜਾਂਦੇ ਨੇ ਤੇ ਅੱਧੀ ਦਰਜਨ ਜ਼ਿਮਨੀ ਚੋਣਾਂ ਵੀ ਹੋਣੀਆਂ ਤੈਅ ਨੇ। ਤਾਂ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ। ਪਰ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਾਂਗਰਸ ਦੇ ਵੱਲੋਂ ਵੀ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ। ਹਾਲਾਂਕਿ ਜੇਕਰ ਇਹਨਾਂ ਤੋਂ ਵੀ ਇਲਾਵਾ ਗੱਲ ਕਰੀਏ ਤਾਂ ਜਿੰਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ, ਭਾਜਪਾ ਦੇ ਉਮੀਦਵਾਰ ਨੇ, ਕਾਂਗਰਸ ਦੇ ਉਮੀਦਵਾਰ ਨੇ, ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਤਾਂ ਲਿਸਟ ਦੱਸ ਹੀ ਦਿੱਤੀ ਹੈ। ਤਕਰੀਬਨ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਵਿੱਚੋਂ ਕਈ ਸਾਬਕਾ MP ਨੇ, ਕਈ ਸਾਬਕਾ ਵਿਧਾਇਕ ਨੇ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ। ਤਾਂ ਇਸ ਦਾ ਮਤਲਬ ਇਹ ਹੈ ਕਿ ਹਰੇਕ ਪਾਰਟੀ ਦੇ ਕੋਲ ਆਪਣੀਆਂ ਚੋਣਾਂ ਲੜਾਉਣ ਦੇ ਲਈ ਕੋਈ ਨਵੇਂ ਵਰਕਰ ਜਾਂ ਨਵੇਂ ਵਲੰਟੀਅਰ ਨੂੰ ਮੌਕਾ ਘੱਟ ਅਤੇ ਪਹਿਲਾਂ ਤੋਂ ਵਿਧਾਨ ਸਭਾ ਜਾਂ ਪਾਰਲੀਮੈਂਟ ਦੀਆਂ ਚੜੀਆਂ ਪੌੜੀਆਂ ਚੜਿਆਂ ਨੂੰ ਮੌਕਾ ਇਹਨਾਂ ਚੋਣਾਂ ਦੇ ਵਿੱਚ ਮਿਲਦਾ ਵੱਧ ਦਿਖਾਈ ਦੇ ਰਿਹਾ। ਤਾਂ ਤੁਸੀਂ ਇਹ ਪਾਰਟੀਆਂ ਦੀ ਰਣਨੀਤੀ ਤੋਂ ਕਿਵੇਂ ਸਮਝਦੇ ਹੋ, ਕੀ ਫੈਸਲੇ ਨੂੰ ਕਿਵੇਂ ਸਮਝਦੇ ਹੋ ਕਿ ਹਰੇਕ ਪਾਰਟੀ ਦੇ ਕੋਲ ਆਪਣਾ ਕੋਈ ਵਜੂਦ ਨਹੀਂ ਹੈ, ਕੋਈ ਰਣਨੀਤੀ ਅਜਿਹੀ ਨਹੀਂ ਹੈ ਕਿ ਜਿਸ ਦੇ ਸਿਰ ਉੱਤੇ ਨਵੇਂ ਉਮੀਦਵਾਰਾਂ ਨੂੰ ਨਵੇਂ ਚਿਹਰਿਆਂ ਨੂੰ ਵੀ ਉਤਾਰਿਆ ਜਾ ਸਕੇ ਜਾਂ ਫਿਰ ਚਿਹਰਿਆਂ ਦੀ ਸਿਆਸਤ ਨੂੰ ਉਭਾਰ ਕੇ ਸਾਹਮਣੇ ਰੱਖਿਆ ਜਾ ਰਿਹਾ। ਇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ, ਤੁਸੀਂ ਆਪਣਾ ਆਪਣਾ ਵਿਚਾਰ ਜ਼ਰੂਰ ਸਾਂਝਾ ਕਰਿਓ। ਔਰ ਜੇਕਰ ਕਿਸੇ ਰਾਜਨੀਤਿਕ ਪਾਰਟੀ ਨੂੰ ਸੁਝਾਅ ਵੀ ਦੇਣਾ ਚਾਹੁੰਦੇ ਹੋ ਤਾਂ ਸੁਝਾਅ ਵੀ ਕਮੈਂਟ ਬਾਕਸ ਦੇ ਜ਼ਰੀਏ ਤੁਸੀਂ ਸਾਂਝੇ ਕਰ ਸਕਦੇ ਹੋ। ਫਿਲਹਾਲ ਤੁਸੀਂ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ।